ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲਾ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਸੰਸਦ ਦੇ ਬਜਟ ਇਜਲਾਸ ਦਾ ਹੋਇਆ ਆਗਾਜ਼। ਲੋਕ ਸਭਾ ਵਿੱਚ ਨੀਟ ਪ੍ਰੀਖਿਆ ਮਾਮਲੇ ਤੇ ਹੰਗਾਮਾ। ਰਾਹੁਲ ਗਾਂਧੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਹੋਏ ਆਹਮੋ ਸਾਹਮਣੇ। ਪੰਦਰਾਂ ਅਗਸਤ ਨੂੰ ਟਰੈਕਟਰ ਮਾਰਚ ਕੱਢਣਗੇ ਕਿਸਾਨ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਐਲਾਨ। ਨਵੇਂ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਵੀ ਫੂਕੀਆਂ ਜਾਣਗੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਕਮਿਸ਼ਨ ਤੋਂ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਕੀਤੀ ਮੰਗ। ਕਿਹਾ ਅਨਾਜ ਉਤਪਾਦਨ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਤੇ ਕੁਰਬਾਨੀਆਂ ਸਦਕਾ ਪੰਜਾਬ ਵਿਸ਼ੇਸ਼ ਸਨਮਾਨ ਦਾ ਹੱਕਦਾਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੇ ਬਜਟ ਇਜਲਾਸ ਦਾ ਆਗਾਜ਼ ਹੋ ਚੁੱਕਿਆ ਤੇ ਨੀਟ UG ਪੇਪਰ ਲੀਕ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਲੋਕ ਸਭਾ ਵਿੱਚ ਹੰਗਾਮਾ ਕੀਤਾ ਗਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਨੀਟ UG ਪੇਪਰ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਸੰਬੰਧਿਤ ਮੰਤਰੀ ਸਮੱਸਿਆ ਦਾ ਹੱਲ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਲੱਖਾਂ ਵਿਦਿਆਰਥੀ ਇਹ ਜਾਣਨਾ ਚਾਹੁੰਦੇ ਨੇ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਫੇਲ ਹੋ ਚੁੱਕੀ ਹੈ। ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਨੀਟ ਸੰਬੰਧੀ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਝੂਠ ਸਿਰਫ ਰੌਲਾ ਪਾਉਣ ਨਾਲ ਸੱਚ ਨਹੀਂ ਹੋ ਜਾਵੇਗਾ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦਾ ਕਹਿਣਾ ਹੈ ਕਿ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਬੇਕਾਰ ਹੈ, ਇਹ ਅਤ ਨਿੰਦਣਯੋਗ ਹੈ। ਦ ਇਸ਼ੂ ਇਜ਼ ਦੈਟ ਦੇਰ ਆਰ ਮਿਲੀਅਨਸ ਆਫ ਸਟੂਡੈਂਟਸ ਇਨ ਦਿਸ ਕੰਟਰੀ ਹੂ ਆਰ ਐਕਸਟ੍ਰੀਮਲੀ ਕੰਸਰਨਡ ਐਟ ਵਾਟ ਇਜ਼ ਗੋਇੰਗ ਔਨ ਐਂਡ ਹੂ ਆਰ ਕਨਵਿੰਸਡ ਦੈਟ the Indian examination system is a fraud. That is what is at stake here. Millions of people believe that if you are rich and if you have money, you can buy the Indian examination system. And by the way, and this is the same feeling that the people in the opposition have, and that is why we are asking some very simple questions to honorable minister. Number one, as this is a systemic issue, what exactly are you doing to fix this issue at a systemic level? Yes. Chillane se sach jhoot nahi ho jayega sab. Sab ye jo kaha gaya desh ki abhi ki examination system rubbish hai. Sir, isse durbhagyajanak bayan. ਦੇਸ਼ ਕੀ ਨੇਤਾ ਪ੍ਰਤੀਪਕਸ਼ ਕਾ ਕੁਛ ਨਹੀਂ ਹੋ ਸਕਤਾ ਹੈ। ਸਰ, ਮੈਂ ਕੋਠਰ ਸ਼ਬਦ ਸੇ ਉਸਕੋ ਨਿੰਦਾ ਕਰਤਾ ਹੂੰ। ਬਾਕੀ ਰਹਾ, ਮੈਂ ਸਰ ਆਪਕੀ ਸਾਹਮਣੇ, ਆਪਕੇ ਮਾਧਿਅਮ ਸੇ, ਦੇਸ਼ ਕੀ ਸਾਹਮਣੇ, ਸਰ ਇੱਕ ਤੱਥਯ ਰੱਖਤਾ ਹੂੰ। ਸਰ, ਜਿਨ੍ਹੋਂਨੇ ਰਿਮੋਟ ਸੇ ਸਰਕਾਰਨ ਚਲਾਈ ਹੈ, 2010 ਮੇਂ 3 ਬਿੱਲ ਆਇਆ ਥਾ ਸਰ, ਸਿੱਖਿਆ ਸੁਧਾਰ ਕੇ ਲੀਏ, ਉਨ੍ਹੀਂ ਕੀ ਪਾਰਟੀ ਕੇ ਨੇਤਾ ਆਦਰਣੀਯ ਕਪਿਲ ਸਿੱਬਲ ਸਾਹਿਬ 3 ਬਿੱਲ ਲਾਏ ਥੇ, ਉਸਮੇਂ ਸੇ ਇੱਕ ਬਿੱਲ ਥਾ ਐਜੂਕੇਸ਼ਨ, ਉਸਮੇਂ ਇੱਕ ਬਿੱਲ ਥਾ ਪ੍ਰੋਹਿਬਿਸ਼ਨ ਆਫ ਅਨਫੇਅਰ ਪ੍ਰੈਕਟਿਸ ਬਿੱਲ 2010। ਕਿਆ ਮਜਬੂਰੀ ਥਾ ਕਾਂਗਰਸ ਪਾਰਟੀ ਕੀ, ਕਿਆ ਮਜਬੂਰੀ ਥਾ ਨੇਤਾ ਪ੍ਰਤੀਪਕਸ਼ ਕੀ, ਉਨ੍ਹੋਂਨੇ ਉਸ ਬਿੱਲ ਕੋ ਉੱਠ ਰੱਖਿਆ, ਕਿਸਕੇ ਦਬਾਅ ਮੇਂ ਉੱਠ ਰੱਖਿਆ। ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਧਰਤੀ ਹੇਠਲੇ ਪਾਣੀ ਦਾ ਇਹ ਮੁੱਦਾ ਚੁੱਕਿਆ। ਇਸ ਦੌਰਾਨ ਉਹਨਾਂ ਕਿਹਾ ਕਿ ਝੋਨੇ ਦੀ ਲਵਾਈ ਕਾਰਨ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਹਨਾਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ ਹੈ। ਅਸੀਂ
ਪੰਜਾਬ ਦੇ ਪਾਣੀਆਂ 'ਤੇ ਗੱਲ ਕਰਨਾ ਚਾਹੁੰਦੇ ਹਾਂ। ਪੰਜਾਬ ਦੇ ਜਿਸ ਨੇ ਹਰੀ ਕ੍ਰਾਂਤੀ ਦੇ ਦੌਰ ਵਿੱਚ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਅਤੇ ਦੇਸ਼ ਦੇ ਅਨਾਜ ਭੰਡਾਰ ਨੂੰ ਨੱਕੋ ਨੱਕ ਭਰ ਦਿੱਤਾ, ਉਹ ਪੰਜਾਬ ਇਸ ਵੇਲੇ ਹਰੀ ਕ੍ਰਾਂਤੀ ਦੇ ਭਾਰੀ ਕੀਮਤ ਅਦਾ ਕਰ ਰਿਹਾ। ਪੰਜਾਬ ਦੇ ਖੇਤਾਂ ਵਿੱਚ ਲੋੜੋਂ ਵੱਧ ਪਾਈਆਂ ਜਾ ਰਹੀਆਂ ਰਸਾਇਣ ਖਾਦਾਂ, ਕੀਟਨਾਸ਼ਕ ਦਵਾਈਆਂ ਨੇ ਖੁਸ਼ਹਾਲ ਸੂਬੇ ਨੂੰ ਕੈਂਸਰ ਦੇ ਖਿੱਤੇ ਵਿੱਚ ਬਦਲ ਕੇ ਰੱਖ ਦਿੱਤਾ। ਪੰਜਾਬ ਦੇ ਕਿਸਾਨ ਕਣਕ ਅਤੇ ਝੋਨੇ ਦੀ ਫਸਲ ਦੀ ਚੱਕਰ ਵਿੱਚ ਫਸੇ ਹੋਏ ਹਨ। ਸਰਕਾਰ ਨੇ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਘੱਟੋ ਘੱਟ ਸਮਰਥਨ ਮੁੱਲ MSP ਦੀ ਨੀਤੀ ਅਪਣਾ ਕੇ ਅਤੇ 1973 ਤੋਂ ਝੋਨੇ ਦੀ ਫਸਲ ਪੰਜਾਬ ਦੇ ਕਿਸਾਨਾਂ ਦੇ ਸਿਰ ਮੜ ਦਿੱਤੀ। ਹੁਣ ਹਰ ਸਾਲ ਪੰਜਾਬ ਵਿੱਚ ਝੋਨੇ ਹੇਠਲਾ ਰਕਬਾ ਵੱਧਦਾ ਜਾ ਰਿਹਾ, ਜਿਸ ਕਾਰਨ ਧਰਤੀ ਹੇਠਲਾ ਪਾਣੀ 'ਤੇ ਵੀ ਦਬਾਅ ਵੱਧ ਰਿਹਾ। ਝੋਨੇ ਦੀ ਬਿਜਾਈ ਦੌਰਾਨ ਜਿੱਥੇ ਥਾਂ ਪਾਣੀ ਦੇ ਭੰਡਾਰ 'ਤੇ ਅਸਰ ਪੈ ਰਿਹਾ, ਉੱਥੇ ਬਾਅਦ ਵਿੱਚ ਝੋਨੇ ਦੀ ਪਰਾਲੀ ਸੰਭਾਲਣ ਦੀ ਵੀ ਹਰ ਸਾਲ ਵੱਡੀ ਚੁਣੌਤੀ ਬਣੀ ਹੋਈ ਹੈ, ਸਮੱਸਿਆ ਬਣੀ ਹੋਈ ਹੈ। ਇਸੇ ਧੋਏ ਕਾਰਨ, ਵਾਪਰਦੇ ਹਾਦਸਿਆਂ ਕਾਰਨ ਹਰ ਸਾਲ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ। ਚੇਅਰਮੈਨ ਸਾਹਿਬ, ਸੋ ਝੋਨੇ ਦੀ ਫਸਲ ਪੰਜਾਬ ਦੇ ਜਲਵਾਯੂ ਹਾਲਾਤ ਅਨੁਸਾਰ ਢੁੱਕਵੀਂ ਨਹੀਂ ਹੈ। ਝੋਨੇ ਦੀ ਫਸਲ ਲਈ ਛੱਪੜ ਸਿੰਜਾਈ ਦੀ ਲੋੜ ਹੈ, ਜਿਸ ਕਾਰਨ ਪੰਜਾਬ ਵਿੱਚ 327 ਤੋਂ ਵੱਧ ਬਲਾਕਾਂ ਵਿੱਚ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤੀਕਰ ਹੇਠਾਂ ਚਲਿਆ ਗਿਆ। ਹੁਣ ਪੰਜਾਬ ਵਿੱਚ ਫਸਲਾਂ ਦੀ ਸਿੰਚਾਈ ਲਈ ਸਮਰਸੀਬਲ ਮੋਟਰਾਂ ਤੋਂ ਬਿਨਾਂ ਗੁਜ਼ਾਰਾ ਨਹੀਂ। ਇਹ ਸਾਧਨ ਕਿਸਾਨਾਂ ਸਿਰ ਕਰਜ਼ੇ ਦਾ ਕਾਰਨ ਬਣੇ ਹੋਏ ਹਨ। ਸੋ ਪੰਜਾਬ ਦਾ ਝੋਨੇ ਤੋਂ ਖੜਾ ਛਡਾਉਣ ਲਈ ਵਿਸ਼ੇਸ਼ ਬਦਲਵੀਂ ਫਸਲ ਲਈ ਵਿਸ਼ੇਸ਼ ਪੈਕੇਜ ਦੀ ਲੋੜ ਹੈ, ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ। ਆਮ ਆਦਮੀ ਪਾਰਟੀ ਪੰਜਾਬ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੰਸਦ ਵਿੱਚ ਉਭਰਦੇ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਦਾ ਮੁੱਦਾ ਚੁੱਕਿਆ। ਕੰਗ ਨੇ ਭਾਰਤ ਦੇ ਓਲੰਪਿਕ ਖਿਡਾਰੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਖਿਡਾਰੀ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨਗੇ, ਪਰ ਇਹ ਸਮਾਂ ਹੈ ਕਿ ਅਸੀਂ ਆਪਣੇ ਖਿਡਾਰੀਆਂ ਨੂੰ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਪ੍ਰਦਾਨ ਕੀਤੀਆਂ ਉੱਚ ਪੱਧਰ ਦੀਆਂ ਸਹੂਲਤਾਂ ਅਤੇ ਮੌਕੇ ਦੇਣ ਬਾਰੇ ਵਿਚਾਰ ਕਰੀਏ। ਆਪ ਆਗੂ ਨੇ ਬਲਵੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਾਡੇ ਖਿਡਾਰੀਆਂ ਨੂੰ ਉੱਚਤਮ ਸਨਮਾਨ ਦੇਣ ਨਾਲ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕੀਤਾ ਜਾ ਸਕੇਗਾ। ਉਹਨਾਂ ਨੇ ਖੇਡ ਮੰਤਰੀ ਨੂੰ ਕਿਹਾ ਕਿ ਉਭਰਦੇ ਖਿਡਾਰੀਆਂ ਦੀ ਮਦਦ ਲਈ ਇੱਕ ਪ੍ਰਣਾਲੀ ਤਿਆਰ ਕਰਨ, ਤਾਂ ਜੋ ਸਾਡੇ ਦੇਸ਼ ਲਈ ਤਮਗੇ ਅਤੇ ਟਰਾਫੀਆਂ ਜਿੱਤ ਸਕਣ। ਸਰ, ਸਭ ਤੋਂ ਪਹਿਲੇ ਤੋਂ ਜੋ ਹਮ ਓਲੰਪਿਕ ਕੇ ਲੀਏ ਟੀਮ ਜਾ ਰਹੀ ਹੈ ਹਮਾਰੇ ਦੇਸ਼ ਕੀ, ਉਸਕੇ ਲੀਏ ਹਮ ਸਭੀ ਹਮਾਰੇ ਪਲੇਅਰਸ ਕੋ ਬਹੁਤ ਬਹੁਤ ਸ਼ੁਭਕਾਮਨਾਏ ਔਰ ਉਮੀਦ ਕਰਤੇ ਹੈ ਕਿ ਹਮਾਰੇ ਦੇਸ਼ ਕਾ ਇਸ ਵਾਰ ਜੋ ਓਲੰਪਿਕ ਮੈਂ ਜੋ ਹਮਾਰੀ ਪਰਫੋਰਮੈਂਸ ਰਹੇਗੀ ਉਹ ਬਿਹਤਰ ਰਹੇਗੀ। ਲੇਕਿਨ ਦੋ ਤਿੰਨ ਬੁਨਿਆਦੀ ਚੀਜ਼ੇ ਮੈਂ ਆਪਕੇ ਮਾਧਿਅਮ ਸੇ, ਜਹਾਂ ਓਨਰੇਬਲ ਮਿਨਿਸਟਰ ਸਾਹਿਬ ਵੀ ਬੈਠੇ ਹੈ, ਕਿਉਂਕਿ ਮੈਂ ਖੁਦ ਸਪੋਰਟਸਮੈਨ ਰਹਾ ਹੂੰ, ਮਾਨਨੀ ਸਪੀਕਰ ਸਾਹਿਬ, ਪ੍ਰੋਬਲਮ ਇਹ ਆ ਰਹੀ ਹੈ ਜਬ ਹਮ ਪੂਰੇ ਇੰਟਰਨੈਸ਼ਨਲ ਮਾਡਲ ਕੋ ਸਟੱਡੀ ਕਰਤੇ ਹੈ ਜੋ ਓਲੰਪਿਕ ਕੇ ਲੀਏ ਹੈ। ਰੀਸੈਂਟਲੀ ਚਾਈਨਾ ਨੇ ਓਲੰਪਿਕ ਮੈਂ ਬਹੁਤ ਬਿਹਤਰ ਪਰਫੋਰਮ ਕੀਆ ਹੈ। ਹਮਾਰੇ ਯਹਾਂ ਜਬ ਪਲੇਅਰ ਨੈਸ਼ਨਲ ਔਰ ਇੰਟਰਵਰਸਿਟੀ ਲੈਵਲ ਪੇ ਮੈਡਲਿਸਟ ਬਣ ਜਾਤਾ ਹੈ, ਤਬ ਉਸਕੋ ਓਲੰਪਿਕ ਕੇ ਲੀਏ ਹਮ ਪ੍ਰਿਪੇਅਰ ਕਰਤੇ ਹੈ। ਹੋਣਾ ਜੇ ਚਾਹੀਏ ਕਿ ਜੋ ਨਰਸਰੀ ਲੈਵਲ ਪਰ ਛੋਟੀ ਏਜ ਮੈਂ, ਕਮ ਏਜ ਮੈਂ, ਜਬ ਅਗਰ ਹਮ ਆਇਡੈਂਟੀਫਾਈ ਕਰੇ ਪਲੇਅਰੋਂ ਕੋ ਪੂਰੇ ਦੇਸ਼ ਮੈਂ, ਟੈਲੈਂਟ ਕੀ ਕਮੀ ਨਹੀਂ ਹੈ ਸਰ, ਹਮਾਰੇ ਪਾਸ ਟੈਲੈਂਟ ਕੀ ਕੋਈ ਕਮੀ ਨਹੀਂ ਹੈ, ਲੇਕਿਨ ਹਮ ਉਨਕੋ ਛੋਟੀ ਏਜ ਮੈਂ ਅਗਰ ਆਇਡੈਂਟੀਫਾਈ ਕਰਕੇ ਦੇਸ਼ ਕੇ ਅਲੱਗ ਅਲੱਗ ਹਿੱਸੋਂ ਮੈਂ ਅਲੱਗ ਅਲੱਗ ਤਰ੍ਹਾਂ ਕਾ ਟੈਲੈਂਟ ਹੈ, ਜੈਨੇਟਿਕ ਇਸਮੇਂ ਬਹੁਤ ਇੰਪੋਰਟੈਂਟ ਰੋਲ ਹੈ,
इसमें डाइट का बड़ा इंपॉर्टेंट रोल है, इसमें ट्रेनिंग का बहुत इंपॉर्टेंट रोल है, इसमें इंफ्रास्ट्रक्चर का बड़ा इंपॉर्टेंट रोल है। अगर हम पूरे देश के अलग अलग क्षेत्रों में, कहीं हाइट बहुत ज़्यादा है, नॉर्थ ईस्ट की बात करें तो वहाँ फुटबॉल का टैलेंट बहुत है, पंजाब की बात करें तो हमने एक समय ऐसा था फुटबॉल और हॉकी के मैक्सिमम प्लेयर, एक ही टीम के मैक्सिमम प्लेयर पंजाब से ही रहे हैं। बास्केटबॉल में हमारे पास बहुत अच्छा टैलेंट है, वॉलीबॉल मेरी कॉन्स्टिट्यूंसी में, स्पीकर साहब बलाचौर एक छोटा सा विधानसभा क्षेत्र है, हर साल वहाँ से 4 से 5 प्लेयर हमारे देश को रिप्रेजेंट करते हैं वॉलीबॉल में, लेकिन वहाँ कोई इंफ्रास्ट्रक्चर नहीं है। हमारी मेरी एक लोकसभा कॉन्स्टिट्यूंसी में मालपुर शहर है, 1970 के दशक में पूरी फुटबॉल, देश की पूरी फुटबॉल टीम मालपुर कस्बे की थी, लेकिन वहाँ भी कोई इंटरनेशनल लेवल की सुविधाएं नहीं है। तो मेरा एक तो आपके माध्यम से मंत्री जी से आग्रह है कि हम छोटी एज में पूरे देश में एक ऐसा कार्यक्रम चलाएं कि छोटे छोटे बच्चे आइडेंटिफाई करके जिसमें टैलेंट है उनके ट्रेनिंग का, उनकी डाइट का, उनके प्रॉपर इंटरनेशनल लेवल का कंपटीशन उनको ज़्यादा से ज़्यादा मिले, ताकि जो 1936 के लिए हमने ओलंपिक के लिए तैयारी कर रहे हैं, मैं भगवान से भी प्रार्थना करता हूँ, हमारी इच्छा है कि हमारे देश को नुमाइंदगी मिले और हम उसमें बेहतर जो परफॉर्म 1936 में, जरूर भारत जो है पहले 3 में दुनिया में ओलंपिक मेडलिस्ट लेकर मेडल लेके आए, ये हमारी तमन्ना है। दूसरा मेरा आपके माध्यम से, क्योंकि स्पोर्ट्स के जो प्लेयर्स हैं बेसिकली रियल हीरो वो हैं, पंजाब से बलवीर सिंह सीनियर हुए हैं जिन्होंने लगातार देश के लिए 3 गोल्ड मेडल जीते हैं। ऑनरेबल स्पीकर साहब, मेरा आपके माध्यम से भारत सरकार को भी आग्रह है कि जो हमारे रियल हीरो हैं इन लोगों को भारत रत्न देना चाहिए, बलवीर सिंह सीनियर को भारत रत्न देना चाहिए, ताकि आने वाली जो हमारी पीढ़ी है वो उससे इंस्पायर हो, उनको प्रेरणा मिले। तीसरा, किसी जमाने में जब हम इंटर यूनिवर्सिटी खेलने जाते थे सर, या इंटर स्कूल खेलने जाते थे, तो रेलवे में हमारी भारतीय रेल पूरा रिजर्वेशन देती थी स्पोर्ट्स टीम को, सर वो प्रोविजन भी पिछले कुछ सालों में बंद कर दिया गया है। और हमारे जो एसोसिएशंस हैं, बड़ा इंपॉर्टेंट पॉइंट है सर, मैं उसमें क्या है, मेजॉरिटी ऑफ एसोसिएशन में नॉन प्लेयर जो हैं अथॉरिटी के हेड बने हुए हैं, जिनको स्पोर्ट्स की बहुत ज़्यादा गंभीरता से समझ नहीं है। ये पूरा एक तौर तरीका भी बदलने की ज़रूरत है कि जो रियल प्लेयर हैं एसोसिएशंस को भी हेड वो करें। हो क्या रहा है सर, बहुत सारी एसोसिएशंस के मसले कोई हाई कोर्ट में, कोई सुप्रीम कोर्ट तक लीगल लड़ाई लड़ी जा रही है और हमारे प्लेयर उसमें पिस रहे हैं। तो ये बड़े इंपॉर्टेंट है। 1936 के लास्ट मैं कंक्लूड करूँ सर, मेरी मेडन स्पीच है, फर्स्ट टाइमर हूँ मैं सर, मेरी बेनती है तुसी थोड़ा जहा मैनू टाइम सर, मेरी तुहानू बेनती है कि 1936 का ओलंपिक साढ़े मुल्क नूं मिले उहदे लई तैयारियां नूं लैके हुण तों ही भारत सरकार पूरे देश के अड अड कलस्टर बना के जिस एरिया का जो बेहतर टैलेंट है उन्होंने आइडेंटिफाई करके बिलो 10 ईयर्स 15 ईयर्स आइडेंटिफाई करके उनको ट्रेनिंग हुण तों ही दवे। और मैनू पूरी उम्मीद है कि 1936 का ओलंपिक का जिहड़ी सानू मेजबानी भी मिलेगी और प्रधानमंत्री भी अरविंद केजरीवाल जी होणगे, मैनू पूरी उम्मीद है। साढ़े पंजाब च भगवंत मान जी, साढ़े पंजाब च भगवंत मान जी ने एक कोशिश शुरू की है सर, 2000 तक पंजाब स्पोर्ट्स में नंबर 1 सी देश सर। पिछले 20 साल में अकाली और कांग्रेस सरकारों ने स्पोर्ट्स के लिए कुछ नहीं किया,
ਭਗਵੰਤ ਮਾਨ ਦੀ ਸਰਕਾਰ ਨੇ ਅਬ ਜੋ ਪਲੇਅਰ ਹਮਾਰਾ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ 'ਤੇ ਮੈਡਲ ਲੈ ਕੇ ਆਉਂਦਾ ਉਹਨੂੰ ਅਸੀਂ ਨੌਕਰੀ ਦਿੰਦੇ ਹਾਂ। ਮੇਰੀ ਭਾਰਤ ਸਰਕਾਰ ਨੂੰ ਵੀ ਆਪਦੇ ਮਾਧਿਅਮ ਨਾਲ ਬੇਨਤੀ ਆ, ਜੋ ਹਮਾਰਾ ਪਲੇਅਰ ਨੈਸ਼ਨਲ ਇੰਟਰਨੈਸ਼ਨਲ ਲੈਵਲ ਪਰ ਅੱਛਾ ਪਰਫੋਰਮ ਕਰਦਾ ਹੈ ਉਹਦੇ ਵਾਸਤੇ ਨੌਕਰੀ ਸਿਕਿਓਰ ਕੀਤੀ ਜਾਵੇ, ਇਹ ਮੇਰੀ ਬੇਨਤੀ, ਤਾਂ ਕਿ ਉਹਦਾ ਫਿਊਚਰ ਸਿਕਿਓਰ ਹੋ ਸਕੇ। ਬਹੁਤ ਬਹੁਤ ਧੰਨਵਾਦ। ਪੰਜਾਬ ਤੋਂ ਸੰਸਦ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਸੰਸਦ ਵਿੱਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ਤੋਂ ਬ੍ਰਿਟੇਨ ਅਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਚੁੱਕਿਆ। ਉਹਨਾਂ ਦੱਸਿਆ ਕਿ ਲੱਖਾਂ ਪੰਜਾਬੀ ਯੂਕੇ ਅਤੇ ਕੈਨੇਡਾ ਤੋਂ ਪੰਜਾਬ ਆਉਂਦੇ ਜਾਂਦੇ ਰਹਿੰਦੇ ਨੇ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰਨ ਨੇ ਜਵਾਬ ਦਿੱਤਾ ਕਿ ਵਿਦੇਸ਼ਾਂ ਦੇ ਮਨੋਨੀਤ ਕੈਰੀਅਰਾਂ ਨੂੰ ਕਾਲ ਪੁਆਇੰਟ ਦੇਣਾ ਭਾਰਤੀ ਹਵਾਬਾਜ਼ੀ ਖੇਤਰ ਨੂੰ ਹੋਣ ਵਾਲੇ ਲਾਭ, ਦੇਸ਼ ਵਿੱਚ ਭਾਰਤੀ ਡੈਸਪੋਰਾ ਦੀ ਮੌਜੂਦਗੀ ਅਤੇ ਭਾਰਤੀ ਕੈਰੀਅਰਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ 'ਤੇ ਨਿਰਭਰ ਕਰਦਾ ਹੈ। ਮੰਤਰੀ ਨੇ ਕਿਹਾ ਹੈ ਕਿ ਭਾਰਤ ਦੀਆਂ ਵੱਖ ਵੱਖ ਏਅਰਲਾਈਨਾਂ ਦੁਆਲੇ ਹਵਾਈ ਸੇਵਾ ਸਮਝੌਤੇ ਦੇ ਦਾਇਰੇ ਵਿੱਚ ਸੇਵਾ ਕਰਨ ਅਤੇ ਸੰਚਾਲਨ ਕਰਨ ਲਈ ਮੰਜ਼ਿਲਾਂ ਦੀ ਚੋਣ ਕਰਨ ਲਈ ਸੁਤੰਤਰ ਨੇ। ਡਾਕਟਰ ਸਾਨੀ ਨੇ ਕਿਹਾ ਕਿ ਸਰਕਾਰ ਨੂੰ ਏਅਰ ਇੰਡੀਆ ਵਰਗੇ ਕੈਰੀਅਰਾਂ ਨੂੰ ਪੰਜਾਬ ਤੋਂ ਯੂਕੇ ਅਤੇ ਕੈਨੇਡਾ ਲਈ ਹੋਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਅਤੇ ਕਿਸੇ ਵੀ ਵਿਦੇਸ਼ੀ ਕੈਰੀਅਰ ਨੂੰ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਿਆਂ ਦੀ ਵਰਤੋਂ ਕਰਨ ਲਈ ਨਵੇਂ ਪੁਆਇੰਟਾਂ ਉੱਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਹਨਾਂ ਕਿਹਾ ਕਿ 15 ਅਗਸਤ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਦੇ ਨਾਲ ਹੀ ਹਰਿਆਣਾ ਅਤੇ ਯੂਪੀ ਵਿੱਚ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ। ਕਿਸਾਨਾਂ ਨੇ ਐਲਾਨ ਕੀਤਾ ਕਿ 1 ਅਗਸਤ ਨੂੰ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਨਵੇਂ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਵੀ ਫੂਕੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਅੱਜ ਕਿਸਾਨਾਂ ਦੀ ਪੰਚਾਇਤ ਦਿੱਲੀ ਵਿੱਚ ਹੋਈ, ਜਿਸ ਵਿੱਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਪੰਜਾਬ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਬੜਿੰਗ ਅਤੇ ਹਰਸਿਮਰਤ ਕੌਰ ਬਾਦਲ ਅਤੇ ਹਰਿਆਣਾ ਦੇ ਦੋ ਸੰਸਦ ਮੈਂਬਰ ਇਸ ਕਿਸਾਨ ਪੰਚਾਇਤ ਵਿੱਚ ਪਹੁੰਚੇ ਅਤੇ ਕਿਸਾਨਾਂ ਦਾ ਸਮਰਥਨ ਕੀਤਾ, ਜਿਸ ਵਿੱਚ ਕਿਸਾਨਾਂ ਨੇ 15 ਅਗਸਤ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ। ਵਿੱਤੀ ਸੂਝਬੂਝ ਅਤੇ ਤੱਥਾਂ 'ਤੇ ਆਧਾਰਿਤ ਮਜ਼ਬੂਤ ਕੇਸ ਪੇਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਦੌਰੇ 'ਤੇ ਆਈ 16ਵੇਂ ਵਿੱਤ ਕਮਿਸ਼ਨ ਦੀ ਟੀਮ ਤੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਮਿਸ਼ਨ ਦੇ ਚੇਅਰਮੈਨ ਡਾਕਟਰ ਅਰਵਿੰਦ ਪਨਗੜੀਆ, ਮੈਂਬਰ ਅਜੇ ਨਾਰਾਇਣ ਚਾਹ, ਐਨੀ ਜਾਰਜ ਮੈਥਿਊ, ਡਾਕਟਰ ਮਨੋਜ ਪਾਂਡਾ ਅਤੇ ਸੌਮਿਆ ਕਾਂਤੀ ਘੋਸ਼ ਤੋਂ ਇਲਾਵਾ ਕਮਿਸ਼ਨ ਦੇ ਸਕੱਤਰ ਰਿਤਵਿਕ ਪਾਂਡੇ ਦਾ ਨਿੱਘਾ ਸਵਾਗਤ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਪੰਜਾਬ ਦੇ ਵਡਮੁੱਲੇ ਯੋਗਦਾਨ ਸਦਕਾ ਪੈਦਾਵਾਰ ਪ੍ਰਾਪਤੀ ਅਤੇ ਆਜ਼ਾਦੀ ਦੀ ਰੱਖਿਆ ਲਈ ਸੂਬੇ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਹੀ ਦੁਨੀਆ ਭਰ ਦੇ ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਇਹ ਪੈਕੇਜ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਵਿੱਤ ਕਮਿਸ਼ਨ ਸੂਬਾ ਸਰਕਾਰ ਦੀਆਂ ਹੱਕੀ ਮੰਗਾਂ ਵੱਲ ਹਮਦਰਦੀ ਨਾਲ ਵਿਚਾਰ ਕਰੇਗਾ ਅਤੇ ਪੰਜਾਬ ਨੂੰ ਖੁੱਲ੍ਹੇ ਦਿਲ ਨਾਲ ਫੰਡ ਅਲਾਟ ਕਰੇਗਾ। ਮੁੱਖ ਮੰਤਰੀ ਨੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਵਿੱਤ ਕਮਿਸ਼ਨ ਤੋਂ 1,32,247 ਕਰੋੜ ਰੁਪਏ ਦੇ ਫੰਡ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਮਿਸ਼ਨ ਦਾ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਸ਼ਹੀਦਾਂ ਦੀ ਪਾਵਨ ਧਰਤੀ ਦੇ ਪਹੁੰਚਣ ਲਈ ਨਿੱਘਾ ਸਵਾਗਤ ਕੀਤਾ ਹੈ। ਵਿੱਤ ਕਮਿਸ਼ਨ ਦੇ ਚੇਅਰਮੈਨ ਡਾਕਟਰ ਅਰਵਿੰਦ ਪਨਗੜੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਹਨਾਂ ਪੰਜਾਬ ਸਰਕਾਰ ਵੱਲੋਂ ਕਮਿਸ਼ਨ ਕੋਲ ਉਠਾਏ ਗਏ ਮੁੱਦਿਆਂ ਦਾ ਜ਼ਿਕਰ ਕੀਤਾ ਅਤੇ ਕਮਿਸ਼ਨ ਵੱਲੋਂ ਚੁੱਕੇ ਜਾਣ ਵਾਲੇ ਸੰਭਾਵੀ ਕਦਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਕਮਿਸ਼ਨ ਦੇ ਮੈਂਬਰ ਅਜੇ ਨਾਰਾਇਣ ਚਾਹ, ਐਨੀ ਜਾਰਜ ਮੈਥਿਊ, ਡਾਕਟਰ ਮਨੋਜ ਪਾਂਡਾ ਅਤੇ ਸੌਮਿਆ ਕਾਂਤੀ ਘੋਸ਼ ਤੋਂ ਇਲਾਵਾ ਕਮਿਸ਼ਨ ਦੇ ਸਕੱਤਰ ਰਿਤਵਿਕ ਪਾਂਡੇ ਮੌਜੂਦ ਸਨ। This morning we had our main major meeting with the government of Punjab
at which we had the honor to have an address by the Chief Minister, Mr. Parvind Singh Mann. He gave the general overview of the situation in Punjab economically as well as on finances. That was just a very brief overview, and the Honorable Finance Minister spoke along the same lines. Then there was a very long presentation given by the Finance Secretary, and he covered all the important areas of the economy, starting with socio-economic profile of Punjab, demographic profile of Punjab, fiscal profile, impact of GST on Punjab's revenues, so various aspects of it. A lot of this information is available in public domain, and I'm sure most of you are aware of these trends. Then the Finance Secretary also talked at some length about the challenges facing Punjab, in which he discussed issues relating to growth, how the growth in this state of Punjab, GSDP growth, state domestic product growth, has been somewhat slower overall than the average growth in all the states of India. He also talked about growth in agriculture, which is central to the economy of Punjab, and there also in more recent years growth in agriculture has been significantly lower than the growth overall among the other states of India. He also alluded to the issue of water depletion, talked about how they in some of the districts the water tables have dropped to almost 600 feet, so the water, the cost of getting water out of there is extremely high, and the long-term challenge of maintaining the water levels is very serious as well. Talked also about the stubble burning and about issues of diversification of agriculture. The recommendation or the demand from the state of Punjab on this was that as far as vertical devolution is concerned, should be increased in favor of the states from its current level of 41% to 50%. Okay, meaning that whatever taxes that are shareable, 50% of those should go to the states and 50% to the center, as opposed to what is the current division, which is 41% with the states and 59% to the center. That's about the vertical division. Then they also talked about horizontal division. Now, horizontal division is done based on some major, it's a very formula kind of base division, in which the factors that generally go, they can vary a little bit across different finance commissions, but population, area, tax effort, income distance, these are the variables that these are the criteria on which such division is done. What the state suggested in some cases, for example, they suggested that as in the past, like in the 15th Finance Commission, we kept the weight of population at 15%,
for the next one, for the 16th also. But they said that, look, you know, allocate 5% based on the share in the SC population, scheduled caste population, and allocate another 2.5% based on the old age population, population that is older than 60 years. So that's about population. Area wise, they suggested that reduce the weight. Here they suggested reducing the weight to 12.5%. Likewise, income distance, they suggested increase the weight of income distance to 47.5% from the current, I think, 45 for the 15th Finance Commission. So they suggested somewhat different criteria than were recommended and accepted, recommended by the 15th Commission, 15th Finance Commission, and accepted. So lastly, the mandate of the current Finance Commission, meaning the 15th Finance Commission, what it suggested, applied to the years 2020-21 to 2025-26. What our commission will recommend will apply to the years 2026-27 to 2030-31. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਸਰਨਾ ਭਰਾਵਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਜਾਵੇਗੀ ਕਿ ਸਰਨਾ ਭਰਾਵਾਂ ਦੇ RSS ਨਾਲ ਸਬੰਧਾਂ ਦੀ ਜਾਂਚ ਕਰਵਾਈ ਜਾਵੇ ਅਤੇ ਇਹਨਾਂ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਲਈ ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ। ਦਿੱਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਗਦੀਪ ਸਿੰਘ ਕਾਲੋ ਨੇ ਵਿਰੋਧੀਆਂ ਉੱਤੇ ਸ਼ਬਦੀ ਵਾਰ ਕੀਤੇ। ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਚੇਅਰਮੈਨ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਕਾਨਪੁਰ ਵਿੱਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਅਤੇ ਸੁਪਰੀਮ ਕੋਰਟ ਦੇ ਪਿਛਲੇ ਆਦੇਸ਼ ਤਹਿਤ ਯੂਪੀ ਸਰਕਾਰ ਵੱਲੋਂ ਕੰਪਲਾਈਂਸ ਰਿਪੋਰਟ ਦਿੱਤੀ ਗਈ ਜਿਸ ਵਿੱਚ ਕੇਸਾਂ ਦੀ ਸਥਿਤੀ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ 11 ਕੇਸਾਂ ਵਿੱਚ ਟ੍ਰਾਇਲ ਸ਼ੁਰੂ ਹੋਇਆ ਅਤੇ 4 ਕੇਸਾਂ ਵਿੱਚ ਸੁਣਵਾਈ ਜਲਦ ਮੁਕੰਮਲ ਕਰਨ ਦੀ ਗੱਲ ਆਖੀ ਗਈ ਹੈ। ਭੋਗਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅੱਜ 40 ਸਾਲ ਹੋਣ ਨੂੰ ਆ ਗਏ, ਪਹਿਲੇ ਦਿੱਲੀ ਦੇ ਵਿੱਚ ਸੱਜਣ ਕੁਮਾਰ ਅਤੇ ਦੂਸਰੇ ਲੋਕਾਂ ਨੂੰ ਅੰਦਰ ਕੀਤਾ। ਇਹ ਜੋ ਕਾਨਪੁਰ ਦੀ ਲੜਾਈ ਸੀ 127 ਬੰਦਿਆਂ ਦੀ, ਇਹ ਲਗਾਤਾਰ ਮੈਨੂੰ 8-9 ਸਾਲ ਹੋ ਗਏ ਲੜਦਿਆਂ, ਜਿਹਦੇ ਵਿੱਚ 34 ਬੰਦੇ ਸੀ ਜਿਹੜੇ ਉਹ ਹੈਗੇ ਸੀ ਜਿਨ੍ਹਾਂ ਨੇ ਇਹ ਗੁਨਾਹ ਕੀਤਾ ਸੀ, ਔਰ 74 ਬੰਦਿਆਂ ਨੂੰ ਜੇਲ੍ਹ ਹੋਈ ਸੀ, ਮਗਰ ਇਹਨਾਂ ਨੇ ਉਸ ਦੌਰਾਨ ਉਹਨਾਂ ਬੰਦਿਆਂ ਨੂੰ ਰਿਹਾਅ ਕਰ ਦਿੱਤਾ। ਅਸੀਂ ਦੁਬਾਰਾ ਕੇਸ ਜਿਹੜਾ ਸੀ ਸਾਡਾ ਇੱਥੇ ਪੈਂਡਿੰਗ ਸੀ ਸੁਪਰੀਮ ਕੋਰਟ ਦੇ ਵਿੱਚ, ਅਸੀਂ ਇਸ ਕੇਸ ਨੂੰ ਦੁਬਾਰਾ ਖੁਲਵਾਇਆ, ਔਰ ਅੱਜ ਸਾਨੂੰ ਉਮੀਦ ਹੈ ਕਿ ਜਿਹੜੇ ਦੋਸ਼ੀ ਹਨ ਉਹ ਜੇਲ੍ਹ ਦੀਆਂ ਫਿਰ ਸਲਾਖਾਂ ਜਾਣਗੇ। ਇਹ ਦੰਗਾ ਪੀੜਿਤ ਰਾਹਤ ਕਮੇਟੀ ਦੀ ਇੱਕ ਵੱਡੀ ਕਾਮਯਾਬੀ ਹੈ। ਅੱਜ ਅਸੀਂ ਇਹਦਾ ਸਵਾਗਤ ਕਰਦੇ ਹਾਂ ਕਿ ਸੁਪਰੀਮ ਕੋਰਟ ਨੇ ਇੱਕ ਬੜਾ ਵੱਡਾ ਫੈਸਲਾ ਲਿਆ। ਅੱਛਾ, ਅੱਜ ਕਾਨਪੁਰ ਰਾਈਟਸ ਵਾਲਾ ਕੇਸ ਲਗਾ ਹੋਇਆ ਤਾਂ ਸੁਪਰੀਮ ਕੋਰਟ ਉਸੇ ਮੋਨੀਟਰਿੰਗ ਕਰ ਰਹੀ ਹੈ, ਔਰ ਸੁਪਰੀਮ ਕੋਰਟ ਮੇਂ ਕੰਪਲਾਈਂਸ ਰਿਪੋਰਟ ਜੋ ਉਹਨੇ ਸਟੇਟ ਨੇ ਡਾਲੀ ਕਿ ਉਸ ਹਿਸਾਬ ਸੇ ਅਬ 11 ਕੇਸ ਜੋ ਹੈ ਉਹ ਟ੍ਰਾਇਲ ਜਿਨਕਾ ਸ਼ੁਰੂ ਹੋ ਗਿਆ ਹੈ, 9 ਕੇਸ ਜੋ ਕਲੋਜਰ ਰਿਪੋਰਟ ਜਿਨਕੀ ਫਾਇਲ ਕੀ ਥੀ, ਤੋ ਹਮਨੇ ਕਿਹਾ ਜੀ ਹਮੇ ਡਿਟੇਲਸ ਦੇ ਉਨਕੇ ਜੋ ਪਰਿਵਾਰ ਵਾਲੋਂ ਕੀ, ਤੋ ਅਗਰ ਉਹ ਪਰਿਵਾਰ ਵਾਲੋਂ ਕੀ ਡਿਟੇਲਸ ਹਮੇ ਆਤੀ ਹੈ ਤੋ ਹਮ ਉਨਕੇ ਮਤਲਬ ਮਿਲ ਕੇ ਇੱਕ ਪ੍ਰੋਟੈਸਟ ਐਪਲੀਕੇਸ਼ਨ ਡਾਲੇਂਗੇ ਗੁਰਦੁਆਰਾ ਕੀ ਤਰਫ ਸੇ, ਔਰ 4 ਅਪੀਲ ਹਾਈ ਕੋਰਟ ਮੇਂ ਫਾਇਲ ਹੋ ਚੁੱਕੀ ਹੈ। ਤੋ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦੀ ਹੈ ਕਿ ਵੀ ਉਨਕੋ ਜਲਦੀ ਸੇ ਜਲਦੀ ਕਰੋ, 40 ਸਾਲ ਪੁਰਾਣਾ ਕੇਸ ਹੈ, ਔਰ ਜੋ ਵੀ ਹਮਨੇ ਮਤਲਬ ਰਿਕੁਐਸਟ ਕੀ ਥੀ ਸੁਪਰੀਮ ਕੋਰਟ ਕੋ
वो हमारी सारी बातें मान ली गई है। क्या फैसला है सर, अब आगे क्या तारीख है? अब 4 हफ्ते के बाद मैटर लगेगा और जो भी कंप्लाइंस होगी वो हमें बता दिए जाएंगे और हमें पर्टिकुलर्स दे दिए जाएंगे, जिससे कि हम विक्टिम की तरफ से प्रोटेस्ट एप्लीकेशन डाल देंगे 9 केसों में जिनकी क्लोजर रिपोर्ट फाइल हो चुकी है। आज कानपुर सिख राइट्स में 1984 के कानपुर सिख राइट्स में आज सुनवाई थी, जिसमें सुप्रीम कोर्ट ने पिछले ऑर्डर के तहत यूपी सरकार को कंप्लायंस रिपोर्ट देने के लिए कहा था और उस कंप्लायंस रिपोर्ट में यूपी सरकार ने कहा कि 9 केसेस हैं जिसमें FIR दर्ज हो चुकी है, उसमें अगर विक्टिम्स चाहें और विक्टिम्स को आइडेंटिफाई कर सकें तो विक्टिम्स को आइडेंटिफाई करके हम उसमें प्रोटेस्ट फाइल कर सकते हैं। सुप्रीम कोर्ट ने आज यूपी सरकार को आदेश दिया है कि FIR की कॉपी हमें उपलब्ध कराई जाए, जिसके कारण हम उनको फिर से रीएजिटेट कर पाएँ। दूसरे जो 11 केसेस है जिसमें चार्जशीट फाइल हो गई है, हमारी रिक्वेस्ट ये थी कि जो SIT जो काम कर रही है उन 11 केसेस में असिस्ट करें, जिसके कारण कल को उन केसेस में भी उनकी जो है कन्विक्शन सुनिश्चित हो पाए। सुप्रीम कोर्ट ने हमारी ये रिक्वेस्ट मान ली और प्रिंसिपल इन्वेस्टिगेटिंग ऑफिसर को कंटिन्यू करने का आदेश दिया है। यूपी सरकार को कहा है कि जो इसमें प्रिंसिपल इन्वेस्टिगेटिंग ऑफिसर है वो कंटिन्यू करेगा जब तक ये ट्रायल चलेगी। तीसरी चीज़ थी कि 4 केसेस में अपील फाइल हुई है इलाहाबाद हाई कोर्ट में और स्टेट ने ये कहा कि 4 केसेस में जो अपील फाइल हुई है उसको हम लोग जल्दी से लिस्ट करवाने की कोशिश करते हैं। सुप्रीम कोर्ट ने इससे आगे बढ़ते हुए डायरेक्शन दी है कि उन केसेस को एक्सपेडाइट किया जाए। इलाहाबाद हाईकोर्ट को रिक्वेस्ट करी है कि उसको एक्सपेडाइट किया जाए, चूँकि केस बहुत पुराना है। तो हमें अब उम्मीद है कि विक्टिम्स की तरफ से जो भी कानपुर में जितने सिख राइट्स में लोग मरे हैं उनकी तरफ से अब उन्हें न्याय मिल सकता है। श्रोमणी अकाली दल के बागी धड़े की सीनियर आगू बीबी जगीर कौर नकोदर तो सबका विधायक रहे गुरप्रताप सिंह बड़ाला वालों अज जलंधर में प्रैस कॉन्फ्रेंस की गई, जिस दौरान उन्होंने वालों बेअदबी के मुद्दे से पंजाब सरकार को घेरिया गया। बीबी जगीर कौर ने कहा कि सूबे में बेअदबी के दोषियों उत्ते कार्रवाई करने का कहकर सत्ता में आई आम आदमी पार्टी की सरकार ने दोषियों के खिलाफ हाले तक कोई ठोस कार्रवाई नहीं की। राम रहीम और हनीप्रीत दोवें बेअदबी केस में शामिल ने, यह बयान मुख्य गवाह प्रदीप कलेर वालों कोर्ट में जमा करवाए गए सन पर फिर भी कोई कार्रवाई नहीं की। उन्होंने अगे कहा कि बेअदबी के सारे केसों में सिर्फ FIR दर्ज की गई पर उसकी पैरवाई चंगे ढंग नहीं की गई। मोरिंडा के SDM सुखपाल सिंह वालों नगर कौंसल के अधिकारियों और कौंसलरों को नाल लेके वार्ड नंबर 1 में चल रहे विकास कार्यों का जायजा लिया गया। इस मौके पत्रकारों नाल गलबात करदे मोरिंडा के SDM सुखपाल सिंह ने दसिया कि मानयोग डिप्टी कमिश्नर दी हदायतों मुताबिक नगर कौंसल मोरिंडा के प्रधान MC साहबान नू नाल लेके मोरिंडा शहर के वार्ड नंबर 1 में चल रहे विकास कार्यों का जायजा लिया गया ਅਤੇ ਵਿਕਾਸ ਕਾਰਜ ਨੂੰ ਜਲਦ ਪੂਰਾ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਉਹਨੇ ਕਿਹਾ ਕਿ ਹਰ ਸੋਮਵਾਰ ਨੂੰ ਮੋਰਿੰਡੇ ਦੇ ਸਾਰੇ ਵਾਰਡਾਂ ਵਿੱਚ ਚੈਕਿੰਗ ਕੀਤੀ ਜਾਵੇਗੀ ਅਤੇ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਵਾਇਆ ਜਾਵੇਗਾ। ਇਹ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਆਦੇਸ਼ ਦਿੱਤੇ ਸੀਗੇ ਵੀ ਤੁਸੀਂ ਸਾਰੇ ਸ਼ਹਿਰ ਦਾ ਮਤਲਬ ਦੌਰਾ ਕਰਕੇ ਜਿਹੜੀਆਂ ਵੀ ਪ੍ਰੋਬਲਮਸ ਆ ਰਹੀਆਂ ਵਾਰਡਾਂ ਦੀਆਂ ਆ ਰਹੀਆਂ ਉਹਨਾਂ ਦੇ ਬਾਰੇ ਤੁਸੀਂ ਰਿਪੋਰਟ ਪੇਸ਼ ਕਰੋਗੇ ਅਤੇ ਅਸੀਂ ਹਰ ਸੋਮਵਾਰ ਇੱਕ ਵਾਰਡ ਦਾ ਦੌਰਾ ਕਰਿਆ ਕਰਾਂਗੇ। ਅੱਜ ਅਸੀਂ ਸ਼ੁਰੂ ਕੀਤਾ ਸੋਮਵਾਰ ਨੂੰ ਵਾਰਡ ਨੰਬਰ 1 PO ਸਾਹਿਬ ਮੇਰੇ ਨਾਲ, AMC ਸਾਹਿਬ ਮੇਰੇ ਨਾਲ, ਪ੍ਰਧਾਨ ਸਾਹਿਬ ਵੀ ਸੀਗੇ ਅਤੇ ਸਾਰੇ MC ਹੈਗੇ ਆ ਵਾਰਡਨ, ਅਤੇ ਜਿਹੜੀਆਂ ਵਾਰਡਨ ਦੇ ਪੈਂਡਿੰਗ ਕੰਮ ਹੈਗੇ ਆ ਜਾਂ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਜਿਹੜੇ ਵੀ ਇਸ਼ੂਜ਼ ਹੈਗੇ ਆ ਉਹਨਾਂ ਦੀ ਚੈਕਿੰਗ ਕੀਤੀ। ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿੱਚ ਅਣਪਛਾਤੇ ਕਾਰ ਚਾਲਕ ਵੱਲੋਂ ਕੀਤੀ ਗਈ ਨੇਵਾ ਫਾਇਰਿੰਗ ਵਿੱਚ ਇੱਕ ਦੁਕਾਨ ਦੇ ਬਾਹਰ ਕੰਮ ਕਰ ਰਹੇ ਬੇਗੋਵਾਲ ਤੋਂ ਇੱਕ ਨੌਜਵਾਨ ਦੇ ਸਮੇਤ 2 ਜਣਾਂ ਦੀ ਮੌਤ ਹੋ ਗਈ ਜਦੋਂ ਕਿ 3 ਜਣੇ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਜਸਵੀਰ ਸਿੰਘ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦਾ ਰਹਿਣ ਵਾਲਾ ਸੀ। ਜਸਵੀਰ ਸਿੰਘ ਅਮਰੀਕਾ ਦੇ ਮਿਸੀਸਿਪੀ ਵਿੱਚ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਘਟਨਾ ਸਮੇਂ ਉਹ ਆਪਣੇ ਕੰਮ ਦੌਰਾਨ ਬਾਹਰ ਖੜਾ ਸੀ। ਮ੍ਰਿਤਕ ਦੇ ਪਿਤਾ ਵਸਨ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਜਸਵੀਰ ਸਿੰਘ 1 ਸਾਲ ਪਹਿਲਾਂ 40 ਲੱਖ ਰੁਪਏ ਦਾ ਕਰਜ਼ ਲੈ ਕੇ ਕਮਾਉਣ ਲਈ ਵਿਦੇਸ਼ ਗਿਆ ਸੀ। ਉਸਦੇ 2 ਬੱਚੇ, ਇੱਕ ਲੜਕਾ ਅਤੇ ਇੱਕ ਲੜਕੀ ਨੇ।
ਮ੍ਰਿਤਕ ਜਸਵੀਰ ਸਿੰਘ ਦੇ ਪਿਤਾ ਵਸਨ ਸਿੰਘ ਅਤੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਹ ਜੀ ਸਟੋਰ ਤੋਂ ਮਿਲਿਆ ਅਤੇ ਅੱਗੇ ਸਟਾਲ ਲੱਗੇ ਹਨ, ਸਟਾਲਾਂ ਦੇ ਉੱਤੇ ਇੱਕ ਮਿੰਟ ਗਿਆ, ਉਧਰੋਂ ਗੱਡੀ ਵਾਲੇ ਆਏ ਨੇ, ਉਹਦੇ ਤਿੰਨ ਬੰਦੇ ਬੈਠੇ ਹਨ, ਉਹਨਾਂ ਨੇ ਬਾਹਰ ਗੋਲੀਆਂ ਚਲਾ ਤੀਆਂ, ਮੇਰੇ ਮੁੰਡੇ ਦੇ ਦਿਮਾਗ ਨਹੀਂ ਵੱਜੀ। ਬੇਨਤੀ ਕੀਤੀ ਜਾਂਦੀ ਹੈ ਸਾਨੂੰ ਕੋਈ ਨਾ ਕੋਈ ਸਹੂਲਤ ਹੋਣੀ ਚਾਹੀਦੀ ਹੈ, 40 ਲੱਖ ਸਾਡੇ ਸਿਰ ਖਰਚਾ, ਕੋਈ ਪੈਲ ਨਹੀਂ, ਕੋਈ ਬੰਨਾ ਨਹੀਂ ਸਾਡਾ। ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਸਬ ਇੰਸਪੈਕਟਰ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਬੱਸ ਅੱਡਾ ਨਵਾਂ ਕਿਲ੍ਹਾ ਉੱਤੇ ਨਾਕੇਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੂੰ ਰੋਕਿਆ ਅਤੇ ਉਸਦੇ ਬੈਗ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮੰਗਲ ਸਿੰਘ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਦੀ ਪੁੱਛਗਿੱਛ ਉੱਤੇ ਇੱਕ ਹੋਰ ਮੁਲਜ਼ਮ ਨੂੰ ਕਾਬੂ ਕੀਤਾ ਗਿਆ, ਜਦਕਿ ਉਹਨਾਂ ਦਾ ਇੱਕ ਸਾਥੀ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਦਾ ਅੱਜ ਕੱਲ੍ਹ ਆਪਣੇ ਮਾਹੌਲ ਚੱਲ ਰਿਹਾ ਹੈਗਾ ਵੀ ਸੀਨੀਅਰ ਅਫਸਰਸ ਵੱਲੋਂ, ਚੰਡੀਗੜ੍ਹ ਵੱਲੋਂ ਵੀ SSP ਸਾਹਿਬ, ਮੈਡਮ ਸੋਮਿਆ ਮਿਸ਼ਰਾ, IPS ਜਿਹੜੇ ਹੈਗੇ ਆ, ਵੀ ਜਿਹੜੇ ਅਸੀਂ ਡਰੱਗਸ ਦੇ ਬਾਰੇ ਅਸੀਂ ਅੱਜ ਕੱਲ੍ਹ ਪੂਰਾ ਚੱਲ ਰਿਹਾ ਨਾਕੇਸ ਵਗੈਰਾ, ਵੀ ਕਿਹੜੇ ਕਿਹੜੇ ਬੰਦੇ ਇਸ ਕੰਮ ਨੂੰ ਕਰ ਰਹੇ ਸੀ, ਸਪੈਸ਼ਲ ਨਾਕਾਬੰਦੀ ਅਸੀਂ ਕੀਤੀ ਸੀਗੀ ਅਤੇ ਉਹਦੇ ਵਿੱਚ ਲੱਖੋ ਕੇ ਬਹਿਰਾਮ ਦੇ ਵਿੱਚ ਸਭ ਇੰਸਪੈਕਟਰ ਜਿਹੜੇ ਹੈਗੇ ਆ, ਕੁਲਵੰਤ ਸਿੰਘ ਇਹ ਗਸ਼ਤ ਪਾਰਟੀ ਦੇ ਸੀਗੇ, ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਅਤੇ ਉੱਥੇ ਨਵਾਂ ਕਿਲ੍ਹਾ ਜਗ੍ਹਾ ਪੈਂਦੀ ਗਈ, ਉੱਥੇ ਬੰਦੇ ਨੂੰ ਇਹਨਾਂ ਨੇ ਆਉਂਦੇ ਹੋਏ ਦੇਖਿਆ ਮੋਟਰਸਾਈਕਲ 'ਤੇ, ਅਤੇ ਉਹ ਜਿਸ ਵੇਲੇ ਦੇਖਿਆ ਵੀ ਆ ਕੇ ਪੁਲਿਸ ਪਾਰਟੀ ਹੈਗੀ ਹੈ, ਅਤੇ ਇੱਕਦਮ ਹੀ ਮੋੜਨ ਲੱਗ ਪਏ, ਉਹਦੇ ਮੋੜਦੇ ਅਤੇ ਉਹਦਾ ਸਕਿੱਟ ਕਰ ਗਿਆ, ਸਕਿੱਟ ਕਰਨ ਦੇ ਨਾਲ ਅਤੇ ਉਹਨੂੰ ਫਿਰ ਪੁਲਿਸ ਪਾਰਟੀ ਨੇ ਕਾਬੂ ਕਰਕੇ, ਅਤੇ ਜਿਸ ਵੇਲੇ ਉਹਦੀ ਜਾਮਾ ਤਲਾਸ਼ੀ ਵਗੈਰਾ ਲਿੱਤੀ ਗਈ ਅਤੇ ਉਸ ਤੋਂ ਫਿਰ ਜਿਹੜੀ 100 ਗ੍ਰਾਮ ਜਿਹੜੀ ਹੈਰੋਇਨ ਮਿਲੀ ਸੀਗੀ, ਉਹਨੂੰ ਅਰੈਸਟ ਵਗੈਰਾ ਕਰਕੇ ਅਤੇ ਉਸ ਤੋਂ ਬਾਅਦ ਅਗਲੀ ਜਿਹੜੀ ਪੁੱਛਗਿੱਛ ਦੇ ਵੀ 2 ਬੰਦਿਆਂ ਦਾ ਹੋਰ ਨਾਮ ਦੱਸਦਾ ਹੈਗਾ, ਅਤੇ ਉਹਨਾਂ ਦੇ ਵਿੱਚ ਜਿਹੜਾ ਮੇਨ ਬੰਦਾ ਸੀ ਉਹ ਮੰਗਲ ਸਿੰਘ ਪੁੱਤਰ ਬਲਵੀਰ ਸਿੰਘ ਸੀਗਾ, ਜਿਹੜਾ ਉਹਦੇ ਨਾਲ ਬੰਦਾ ਹੈਗਾ ਅਤੇ ਉਹ ਗੁਰਦੀਪ ਸਿੰਘ, ਉਹਨੂੰ ਵੀ ਅਰੈਸਟ ਕਰ ਲਿਆ ਸੀ, ਅਤੇ ਮਾਘ ਸਿੰਘ ਹੈਗਾ ਬੰਦਾ, ਉਹਨੂੰ ਹਾਲੇ ਫਰਾਰ ਹੈਗਾ ਅਤੇ ਉਹ ਹੈਗਾ ਫਿਰੋਜ਼ਪੁਰ ਦਾ, ਅਤੇ ਉਹਨੂੰ ਵੀ ਜਲਦੀ ਜਲਦੀ ਗ੍ਰਿਫਤਾਰ ਕਰ ਲਵਾਂਗੇ। ਕਪੂਰਥਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਅੱਜ SSP ਦਫ਼ਤਰ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੁਖੀ ਨੇ ਦੱਸਿਆ ਕਿ ਉਹ ਇੱਕ ਵਕੀਲ ਸਾਥੀ ਦੇ ਜ਼ਮੀਨੀ ਵਿਵਾਦ ਸੰਬੰਧੀ ਆਪਣਾ ਪੱਖ ਪੇਸ਼ ਕਰਨ ਲਈ SSP ਨੂੰ ਮਿਲਣ ਗਏ ਸਨ, ਪਰ SSP ਨੇ ਕਥਿਤ ਤੌਰ 'ਤੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਅਤੇ ਦਫ਼ਤਰ ਛੱਡਣ ਲਈ ਕਿਹਾ। ਇਸ ਦੇ ਮੱਦੇਨਜ਼ਰ ਬਾਹਰ ਦੇ ਸੈਂਕੜੇ ਵਕੀਲਾਂ ਨੇ SSP ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਉੱਧਰ ਦੂਜੇ ਪਾਸੇ SSP ਵੱਲੋਂ ਇਸ ਮਾਮਲੇ ਉੱਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਫਗਵਾੜਾ ਦੇ ਮੁਹੱਲਾ ਗੁਰੂ ਨਾਨਕਪੁਰਾ ਵਿੱਚ ਇੱਕ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦੀ ਪਹਿਚਾਣ ਰੁਪਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਰੁਪਿੰਦਰ ਦੀ ਮਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਗਈ ਸੀ ਅਤੇ ਜਦ ਉਹ ਘਰ ਪਰਤੀ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਉਸਨੇ ਗੁਆਂਢੀ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਉਸਦੇ ਲੜਕੇ ਨੇ ਫਾਹਾ ਲਿਆ ਹੋਇਆ ਸੀ। ਉੱਧਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।